मुझे गुड मॉर्निंग जी। पहुँच क्या करें इस बार स्वागत पहला वाला नहीं किया हैगा, फिर आप ही नहीं करवाया हैगा। इस बार तक घर दे पहुँच गए सी, इधर ही पहुँच गए सी मैं लैन वास्ते टाइम से, ठीक है। हाँ पापा पहुँच गए सी घरें, मैं ही चाहे 4 घंटे इन्होंने वेट करवाया हैगा। बट इस बार पर बहुत ही ज़्यादा मैं थका हुआ सीगा, बहुत ही ज़्यादा थका हुआ सीगा, इस करके कुछ वीडियो कुछ नहीं बनाया हैगा। हूँ रात दे 6:30 रात के 6:30 हो गया ना, 6:30 हो चुके ने गे, तेरा हो चुके हैगा। ये बापू सिंह समान उठा कर रख रहे हैं। ओहो हो, फिर से घर पता नहीं यार सपना जी लग रहा है, काफ़ी तक सपना जी लग रहा है। नहीं है मैंने नहीं पता सूँ सुन रहा है कि ना, पर एक आवाज़ दे विच ना बाबे पिंड दी मैं रूह फील हो रही है यार, ठीक है। एक पास ठीक है गुरु घर दे विच आवाज़ आ रही है, ठीक है। एक पास आई थिंक मंदिर दे विच आवाज़ आ रही है, ठीक है। पता नहीं यार, एक बड़ी ही विचित्र तरह की शांति है, ठीक है। कमांड साहब हंस सकते हैं, कमांड साहब ठीक है तुम समझ सकते हो, 75 ही तरह की शांति है, ठीक है। 75 ही तरह का सैटिस्फैक्शन पीस ऑफ माइंड कुछ है यार हवा दे विच, ठीक है। कुछ है, ठंड भी है पर कुछ है हवा दे विच जो दसा नहीं जा सकता। अज तो तकरीबन 2 साल पहला पूरी बैठे सी आप, है ना। बस उदो सीन थोड़ा जहा होर सी, हाँ ज्यादा तगड़ा सरप्राइज सी। ਟੌਰ ਨਾਲ ਲਿਆ ਪੂਰੀ ਉਡੀਕ ਕੀਤੀ, ਮਸਾਂ ਉਡੀਕ ਇੰਨੀ ਜ਼ਿਆਦਾ ਔਖੀ ਹੋਈ ਵੀ ਤੇ ਉਡੀਕਣਾ ਬਹੁਤ ਜ਼ਿਆਦਾ ਮਸਾਂ ਸਾਹਮਣੇ ਆਇਆ, ਫਿਰ ਇੰਨੀ ਜ਼ਿਆਦਾ ਖੁਸ਼ੀ ਵੀ ਹੋਈ ਅਤੇ ਅੰਸੂ ਵੀ ਆਏ। ਅੰਸੂ ਆ ਗਏ ਮਾਮਾ ਜੀ, ਅੰਸੂ ਆ ਗਏ। ਪਰ ਹੁਣ ਬਹੁਤ ਖੁਸ਼ੀ ਹੋ ਰਹੀ ਮੇਰੇ ਪਾਸ ਸਾਡੇ ਘਰੇ, ਮੈਨੂੰ ਤਾਂ ਨਹੀਂ ਮੈਨੂੰ ਤਾਂ ਇਹ ਸੱਚ ਜਾ ਨਹੀਂ ਆ ਰਿਹਾ ਹੈਗਾ, ਕਿਉਂਕਿ ਆਹ ਦੇਖੋ ਜੀ ਮੈਂ ਤਾਂ ਉਲਝਾਇਆ ਫਿਰਦਾਗਾ, ਪਰਨਾ ਖੇਡਿਆ ਫਿਰਦਾ ਮੇਰਾ, ਅਤੇ ਮੈਂ ਤਾਂ ਉਲਝ ਜੀ ਫਿਰਦਾਗਾ। ਆਹ ਫੋਟੋ ਕੋਈ ਵੀ ਮੇਰੀ ਫੋਟੋ ਮੈਨੂੰ ਕਹਿੰਦਾ ਹੁੰਦਾ ਵੀ ਆਹ ਮੈਂ ਹੈਗਾ, ਠੀਕ ਆ। ਇੱਕ ਆਹਾਂ ਮੈਂ ਹੈਗਾ ਤਾਂ ਫਿਰ ਕਿੱਥੇ ਜਾ ਸਕਦਾ, ਐਡਾ ਕੋਈ ਔਖਾ ਹੈ ਨਹੀਂ ਗਾ। ਦੇਖੋ ਇਹਨਾਂ ਫਰਕ ਨਹੀਂ ਪਿਆ ਹੋਇਆ ਹੈਗਾ, ਹਜੇ ਮੈਂ ਇਹੋ ਜਿਹੀ ਹਾਂ।
ਹੁਣ ਆਪਾਂ ਚੱਲ ਰਹੇ ਹੈਗੇ ਚੱਲ ਰਹੇ ਹੈਗੇ ਮੇਰੇ ਕਮਰੇ ਦੇ ਵਿੱਚ ਆਇਆ ਗੁਰਬਾਣੀ ਵਾਲਾ ਕਮਰਾ ਠੀਕ ਆ ਓਪਸ ਮੈਨੂੰ ਪਤਾ ਲਾਈਟਾਂ ਕਿੱਥੋਂ ਚੱਲਦੀਆਂ ਨੇਗੀਆਂ ਬਟ ਆਹ ਕਮਰਾ ਹੈਗਾ ਇਹ ਰਹਾ ਹਮਾਰਾ ਕਮਰਾ ਓ ਪੱਖਾ ਨਹੀਂ ਚਲਾਉਣਾ ਟੈਂਸ਼ਨ ਇਹਨਾਂ ਨੇ ਨਹੀਂ ਆਹ ਸੀ ਮੇਰਾ ਕਮਰਾ ਬਾਈ ਦੇਖੋ ਮਜਬੂਰੀਆਂ ਕਿੱਡਾ ਕਮਰਾ ਛੱਡ ਕੇ ਸਾਨੂੰ ਬੇਸਮੈਂਟ ਵੱਲ ਪਤਾ ਹੀ ਆ ਬੇਸਮੈਂਟ ਵੱਲ ਪਤਾ ਕੀ ਹਾਲ ਹੁੰਦਾ ਸੀਗਾ ਬਟ ਆਈ ਮਿਸ ਦਿਸ ਆਈ ਮਿਸਡ ਆਲ ਆਫ ਦਿਸ ਠੀਕ ਆ ਅਤੇ ਆਹ ਉਹ ਕਮਰਾ ਜਿਹਦੇ ਵਿੱਚ ਸਾਰੇ ਰਾਜ਼ ਲੁਕੇ ਨੇ ਸਾਡੇ ਆਹ ਦੇਖੋ ਸਾਰੇ ਰਾਜ਼ ਇਹਨਾਂ ਕਿਤਾਬਾਂ 'ਚ ਲੁਕੇ ਨੇ ਗੇ ਜੋ ਕੁਛ ਵੀ ਅੱਜ ਹੈਗਾ ਠੀਕ ਆ ਇਹਨਾਂ ਖਾਤਰ ਆਹ ਬੈੱਡ ਦੇ ਵਿੱਚ ਵੀ ਕਿਤਾਬਾਂ ਨੇ ਗੀਆਂ ਇਹਨਾਂ ਖਾਤਰ ਤਾਂ ਦੇਖੋ ਨਵੀਂ ਸਿੰਘ ਨੋਟ ਨਵੀਂ ਸੁਮਨ ਚੜ੍ਹਾਈਏ ਜੱਟਾਂ ਦੀ ਅਤੇ ਆਹ ਸੀਗਾ ਮਾੜਾ ਜਿਹਾ ਟੂਰ ਕਰਦਾ ਅਤੇ ਮੈਂ ਬਹੁਤ ਹੀ ਜ਼ਿਆਦਾ ਥੱਕਿਆ ਹੋਇਆ ਹੈਗਾ ਕੁਛ ਨਹੀਂ ਪਤਾ ਅੱਜ ਵਲੌਗ ਕੰਟੀਨਿਊ ਕਰਾਂ ਕੁਛ ਨਹੀਂ ਪਤਾ ਨਾ ਕਰਾਂ ਪਰ ਫਿਰ ਬਈ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਜ਼ਰੂਰ ਕਰਿਓ ਠੀਕ ਆ ਯਾਦਾਂ ਹੀ ਨੇਗੀਆਂ ਹਾਂਜੀ